सो so यूके लैके बहुत सारे सवाल हम स्टूडेंट्स को ले आ रहे हैं कि आखिर क्यों एकदम हुन यूके ने फंड्स वेरिफिकेशन या प्रोफाइल वेरीफिकेशन शुरू कर द इसमें अस एक इशारा समझिए कि आने वाले समय में शायद यूके स्ट्रिक्ट हो जाएगा क्योंकि रूल्स सब कुछ चेंज हो चुके हैं स्पाउस वीजा को लेकर जिमें जनवरी भी तो स्पाउस वीज़ा नहीं लग सकेगा सो so इन चीज़ों के उपर कलैरिटी देंगे ना स्टूडेंट के सवाल यह भी ने कि प्रोफाइल वेरीफिकेशन या फंडस वेरीफिकेश आ जाती है सूँ तो सूँ पहल तो ही के ਇਸ ਤਰ੍ਹਾਂ ਦੇ ਡਾਕੂਮੈਂਟਸ ਅਸੀਂ ਰੈਡੀ ਰੱਖੀਏ ਤਾਂ ਕਿ ਮੌਕੇ ਤੇ ਇਹ ਨਾ ਹੋਵੇ ਕਿ ਸਾਨੂੰ ਚੀਜ਼ਾਂ ਸਮਝ ਨਾ ਆਣ ਤਾਂ ਅੱਜ ਤੁਹਾਨੂੰ ਏਹੀ ਜਾਣਕਾਰੀ ਵੀ ਪੂਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਤੇ ਅੱਜ ਇਹ ਸਾਰੀ ਰਾਈਟ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਨੈਵੀਗੇਟਰਜ਼ ਓਵਰਸੀਜ਼ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਸੋ ਮੈਮ ਪਹਿਲਾਂ ਤਾਂ ਇਸੇ ਗੱਲ ਦਾ ਤੁਸੀਂ ਜ਼ਰੂਰ ਕਲੈਰੀਫਿਕੇਸ਼ਨ ਜਾਂਦਾ ਜਵਾਬ ਸਟੂਡੈਂਟਸ ਆਕ ਜ਼ਰੂਰ ਪਹੁੰਚਾਓ ਕਿ ਆਖਿਰ ਕਿਉਂ ਹੌਲੀ-ਹੌਲੀ ਹੁਣ ਦਿਖ ਰਿਹਾ ਹੈ ਕਿ ਯੂਕੇ ਵੀ ਬਾਕੀ ਕੰਟਰੀ ਸਪੈਸ਼ਲੀ ਆਸਟ੍ਰੇਲੀਆ ਦੀ ਤਰ੍ਹਾਂ ਸਟ੍ਰਿਕਟ ਹੋ ਰਿਹਾ ਕਿਉਂਕਿ ਵੈਰੀਫਿਕੇਸ਼ਨ ਹੋਣਾ ਪਹਿਲਾਂ ਫੰਡਸ ਵੈਰੀਫਿਕੇਸ਼ਨ ਦੀ ਗੱਲ ਸੀ ਪ੍ਰੋਫਾਈਲ ਵੈਰੀਫਿਕੇਸ਼ਨਸ ਹੋ ਰਹੀਆਂ ਨੇ ਅਲੱਗ-ਅਲੱਗ ਤਰ੍ਹਾਂ ਦੇ ਡਾਕੂਮੈਂਟਸ ਜੋ ਹੈ ਮੰਗੇ ਜਾ ਰਹੇ ਨੇ ਕਿਸ ਢੰਗ ਨਾਲ ਇਸ ਚੀਜ਼ ਨੂੰ ਤੁਸੀਂ ਵੇਖ ਦਿਓ ਹਰ ਜੋ ਬਹੁਤ ਟਾਈਮ ਹੋ ਗਿਆ ਇਹਨਾਂ ਨੂੰ ਵੀਜ਼ਾ ਦਿੰਦੇ ਆਲਮੋਸਟ 4 ਸਾਲ ਹੋ ਗਏ ਆ ਜੀ ਤੇ ਬਹੁਤ ਸਟੂਡੈਂਟਸ ਨੂੰ ਵੀਜ਼ਾ ਦੇ ਤਾਂ ਕਿਸੇ ਮੁਕਾਮਤੇ ਤੇ ਆ ਕੇ ਹਰ ਐਮਬੈਸਡ ਸਟ੍ਰਿਕਟ ਹੁੰਦੀ ਹੈ ਕਿਉਂਕਿ ਜਿਹੜੇ ਬੱਚੇ ਜਾ ਚੁੱਕੇ ਆ ਉਹਨਾਂ ਨੂੰ ਉੱਨੇ ਜੌਬ ਦੇਣੀਆਂ ਸੈਟਲ ਕਰਨਾ ਇਹ ਹਰ ਕੰਟਰੀ ਦਾ ਇੱਕ ਬਹੁਤ ਵੱਡਾ ਟਾਸਕ ਹੁੰਦਾ ਹੈ ਤੇ ਇਹਦੇ ਵਾਸਤੇ ਉਹ ਦੂਜਾ ਇਹ ਕਿ ਬੱਚਾ ਪਹੁੰਚ ਵੀ ਬਹੁਤ ਗਿਆ ਫਰਾਡ ਲੈਂਡ ਡਾਕੂਮੈਂਟਸ ਤੇ ਪਹੁੰਚ ਗਏ ਆ ਉਹ ਵੀ ਉਹਨਾਂ ਦੇ ਵਾਸਤੇ ਇੱਕ ਬਹੁਤ ਵੱਡਾ ਕਨਸਰਨ ਹੈ ਇਹ ਨਹੀਂ ਕਿ ਉਹਨਾਂ ਨੂੰ ਪਹਿਲੇ ਨਹੀਂ ਪਤਾ ਸੀ ਉਹਨਾਂ ਨੂੰ ਜਿੰਨੇ ਬੰਦੇ ਚਾਹੀਦੇ ਸੀ ਲੈ ਲੈ ਮੈਂ ਤਾਂ ਕੰਨੀ ਆ ਤੇ ਉਹਦੇ ਬਾਅਦ ਜਿਹੜਾ ਥੋੜਾ ਜਿਹਾ ਇੱਕ ਸਟ੍ਰਿਕਟਨੈਸ ਦਾ ਮਾਹੌਲ ਆਂਦਾ ਹੀ ਆਂਦਾ ਹੈ ਜੀ ਕਿ ਹੁਣ ਯੂਕੇ ਹੌਲੀ ਹੌਲੀ ਤੁਸੀਂ ਦੇਖ ਹੀ ਰਹੇ ਹੋ ਹੌਲੀ ਹੌਲੀ ਨਿਸ਼ਾਨ ਜੜੇ ਆ ਤੁਹਾਨੂੰ ਦਿਖਾ ਰਹੇ ਕਿ ਕੋਈ ਮੈਂ ਮਤਲਬ ਕੱਲ ਪਰਸੋਂ ਅਸੀਂ ਹਰਿਆਣਾ ਵਿੱਚ ਸੀਗੇ ਉਧਰੋਂ ਆ ਰਹੇ ਸੀਗੇ ਤੇ ਪਤਾ ਚੱਲਿਆ ਸਟੂਡੈਂਟਸ ਦੇ ਇੰਟਰਵਿਊ ਵੀ ਆ ਰਹੀ ਹੈ ਤੇ ਫੰਡ ਵੈਰੀਫਿਕੇਸ਼ਨ ਤੇ ਚੱਲ ਹੀ ਰਹੀ ਹੈ ਤੇ ਤੁਸੀਂ ਜੈਨਿਊਨ ਡਾਕੂਮੈਂਟ ਲਾਓ ਜੇ ਜੈਨਿਊਨ ਸਟੂਡੈਂਟ ਆਪਣੀ ਇੰਟਰਵਿਊ ਵੀ ਦੇਗਾ ਕਿਹੜੇ ਕਾਲਜ ਚ ਜਾ ਰਹੇ ਹੋ ਕੀ ਕੋਰਸ ਕਰ ਰਹੇ ਹੋ ਕਿੰਨੀ ਫੀਸ ਆ ਕੌਣ ਸਪான்ਸਰ ਕਰ ਰਿਹਾ ਤੁਹਾਡੇ ਸਟੱਡੀਜ਼ ਇਹ ਹੀ 4-5 ਕੁਐਸਚਨ ਹੁੰਦੇ ਆ ਉਸ ਤੋਂ ਇਲਾਵਾ ਤੇ ਕੁਝ ਉਹਨਾਂ ਦੇ ਕੋਲ ਵੀ ਪੁੱਛਣ ਵਾਸਤੇ ਨਹੀਂ ਆ ਜੇ ਤੁਸੀਂ ਸੈਟੀਸਫੈਕਟਰੀ ਜਵਾਬ ਦਿੰਦੇ ਹੋ ਤੇ ਉਹ ਵੀ ਕੋਈ ਪ੍ਰੋਬਲਮ ਨਹੀਂ ਆ ਜੇ ਵਾਕਈ ਜੇ ਤੁਸੀਂ ਕਿਉਂ ਯੂਕੇ ਜਾਣਾ ਚਾਹੁੰਦੇ ਹੋ ਔਰ ਤੁਸੀਂ ਯੂਨੀਵਰਸਿਟੀ ਦਾ ਜਿਹੜਾ ਕੋਰਸ ਕਰ ਰਹੇ ਹੋ ਉਹਦੀ ਤੁਹਾਨੂੰ ਨੌਲੇਜ ਆ ਤੁਹਾਨੂੰ ਕੌਣ ਸਪான்ਸਰ ਕਰ ਰਿਹਾ ਇਹ ਕੋਰਸ ਕਿਉਂ ਕਰ ਰਹੇ ਹੋ ਇਹ ਤਿੰਨ ਚੀਜ਼ਾਂ ਦਾ ਪਤਾ ਹੈ ਤਾਂ ਯੂਕੇ ਕਦੇ ਤੁਹਾਡਾ ਰਸਤਾ ਨਹੀਂ ਬੰਦ ਕਰਦਾ ਕਿਉਂਕਿ ਜਿਹੜੀ ਸਟੱਡੀਜ਼ ਯੂਕੇ ਦੀ ਹੈ ਆਲਓਵਰ ਵਰਲਡ ਸਭ ਤੋਂ ਬੈਸਟ ਉਹਨਾਂ ਦੇ ਕੋਲ ਹੀ ਹੈ ਹੂੰ ਬਿਲਕੁਲ ਸੋ ਮੈਮ ਜਿਵੇਂ ਤੁਸੀਂ ਗੱਲ ਕੀਤੀ ਹੈ ਅਗਰ ਆਪਾਂ ਕੁਆਲਿਟੀ ਦੀ ਗੱਲ ਕਰਦੇ ਆ ਐਜੂਕੇਸ਼ਨ ਦੀ ਤਾਂ ਤੁਸੀਂ ਕਹਿੰਦੇ ਕਿ ਬਹੁਤ ਵਧੀਆ ਬੈਸਟ ਕੁਆਲਿਟੀ ਆਪਾਂ ਐਜੂਕੇਸ਼ਨ ਦੀ ਮੰਨ ਸਕਦੇ ਆ ਪਰ ਫਿਰ ਵੀ ਹਮੇਸ਼ਾ ਆਪਾਂ ਹੀ ਦੇਖਦੇ ਆ ਸਟੂਡੈਂਟ ਚਲੋ ਫਰੈਸ਼ ਪ੍ਰੋਫਾਈਲ ਜਾਂਦੀਆਂ ਪਰ ਜ਼ਿਆਦਾ ਰੇਸ਼ਿਓ ਉਹਨਾਂ ਸਟੂਡੈਂਟਸ ਹੀ ਦੇਖੀ ਜਾਂਦੀ ਜਿਨੂੰ ਲੱਗਦਾ ਹੈ ਕਿ ਮੇਰਾ ਆਸਟ੍ਰੇਲੀਆ ਨਹੀਂ ਬਣ ਸਕਿਆ ਮੇਰਾ ਕੈਨੇਡਾ ਦਾ ਨਹੀਂ ਹੋ ਪਾਰ ਰਿਹਾ ਚਲੋ ਮੈਂ ਯੂਕੇ ਕਰ ਲੈਣਾ ਯੂਕੇ ਤਾਂ ਮੇਰਾ ਵੀਜ਼ਾ ਲੱਗ ਹੀ ਜਾਏਗਾ ਕਿ ਇੰਨਾ ਜ਼ਿਆਦਾ ਈਜ਼ੀ ਬਣਿਆ ਜਾ ਸਕਦਾ ਹੈ ਯੂਕੇ ਨੂੰ ਔਰ ਇਸੇ ਪੂਰੇ ਪ੍ਰੋਸੈਸ ਨੂੰ ਜਾਂ ਹਰ ਤਰ੍ਹਾਂ ਦੀ ਇੱਦਾਂ ਨਹੀਂ ਆ ਦੇਖੋ ਉਹਨਾਂ ਨੂੰ ਇਹ ਪ੍ਰੋਬਲਮ ਨਹੀਂ ਆ ਬਚਾਰਸ ਤੋਂ ਐ ਮੈਡੀਕਲ ਤੋਂ ਐ ਨੋਨ ਮੈਡੀਕਲ ਤੋਂ ਐ ਇਹ ਕੋਈ ਪ੍ਰੋਬਲਮ ਨਹੀਂ ਆ ਦੂਜਾ ਪਲੱਸ ਪੁਆਇੰਟ ਕੀ ਹੈ ਕਿ 6 ਬੈਂਡ ਨਾਟ ਲੈਸ ਦਨ 5.5 ਨੂੰ ਵੈਲਕਮ ਕਰਦੇ ਆ ਜਦ ਕਿ ਬਾਕੀ ਜਗ੍ਹਾ 6 ਬੈਂਡ ਈਚ ਮੈਕਸਿਮਮ ਮੰਗਦੇ ਆ ਤੇ ਇਹ ਵੀ ਇੱਕ ਬੜਾ ਜਿਹੜਾ ਇੱਕ ਰੀਜ਼ਨ ਹੋ ਜਾਂਦਾ ਥਰਡ ਹੈ ਜਿਹੜੇ ਮਾਸਟਰਸ ਉਹਨਾਂ ਦੀ ਬਿਊਟੀ ਆਫ ਦਾ ਯੂ نو ਪ੍ਰੋਗਰਾਮ ਇਸ ਕਿ ਜਿਹੜੇ ਮਾਸਟਰਸ ਹੈ ਯੂਕੇ ਦੀ ਉਹ ਵਨイヤー ਦੀ ਜਦ ਕਿ ਹਰ ਕੰਟਰੀ ਦੇ ਵਿੱਚ ਮਾਸਟਰ ਜਿਹੜੀ ਹੈ 2 ਇਅਰਸ ਦੀ ਹੈ ਤੇ ਉਹ ਬੱਚੇ ਦਾ ਅੱਧਾ ਪੈਸਾ ਬਚਦਾ ਹੈ ਯੂਕੇ ਜਾ ਕੇ ਜੇ ਮਾਸਟਰ 1 ਇਅਰ ਦੀ ਕਰਦਾ ਹੈ ਪੋਸਟ ਸਟਡੀ ਵਰਕ ਪਰਮਿਟ ਉਹਨੂੰ 2 ਇਅਰ ਦਾ ਮਿਲ ਰਿਹਾ ਤੇ ਇਹ ਇੱਕ ਬੜਾ ਮੁੱਦਾ ਹੁੰਦਾ ਕਿ ਇਹ ਬੱਚੇ ਦਾ ਜਿਹੜਾ ਅੱਧਾ ਪੈਸਾ ਬਚ ਰਿਹਾ ਹੈ ਤੇ ਉਹ ਇਸ ਕਰਕੇ ਵੀ ਜਿਹੜਾ ਯੂਕੇ ਜਾਣਾ ਪਸੰਦ ਕਰਦੇ ਆ ਜੀ ਠੀਕ ਹੈ ਤੁਸੀਂ ਮਾਸਟਰਸ ਦੀ ਗੱਲ ਕੀਤੀ ਇੱਕ ਵੱਡਾ ਬਸੇ ਬੈਨੀਫੀਸ਼ੀਅਲ ਪੁਆਇੰਟ ਸਟੂਡੈਂਟਸ ਲਈ ਜ਼ਰੂਰ ਮੰਨ ਸਕਦੇ ਹੋ ਤਾਂ ਮੈਮ ਇਸ ਤੋਂ ਇਲਾਵਾ ਜੇ ਆਪਾਂ ਸਟਰੀਮ ਵਾਈਜ਼ ਗੱਲ ਕਰੀਏ ਕਿਸ ਤਰ੍ਹਾਂ ਦੇ ਕਿਸ ਸਟਰੀਮ ਵਾਲੇ ਸਟੂਡੈਂਟਸ ਲਈ ਤੁਸੀਂ ਵੇਖਦੇ ਹੋ ਕਿ ਬਹੁਤ ਚੰਗੇ ਪ੍ਰੋਗਰਾਮਸ ਅਜਿਹੇ ਪ੍ਰੋਗਰਾਮਸ ਅਜਿਹੇ ਆਪਸ਼ਨਸ ਨੇ ਜਿਸ ਦੇ ਬਾਅਦ ਉਹ ਆਪਣੇ ਫਿਊਚਰ ਨੂੰ ਉਹਨਾਂ ਕੋਰਸੇਜ਼ ਦੇ ਨਾਲ ਅੱਗੋਂ ਬਹੁਤ ਚੰਗੀ ਰਾਹਤ ਲੈ ਕੇ ਜਾ ਸਕਦੇ ਆ ਜੇ ਆਪਾਂ ਗੱਲ ਕਰਦੇ ਆ ਅਸਕਲ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਈਬਰ ਸਿਕਿਉਰਿਟੀ ਕਲਾਊਡ ਕੰਪਿ ਹੈ ਨਾ ਗੇਮ ਡਵੈਲਪਮੈਂਟ ਹੂਜ਼ ਪ੍ਰੋਗਰਾਮ ਜੇ ਮਾਸਟਰਸ ਤੁਹਾਨੂੰ ਮਿਲ ਜਾਏ 15-16 ਹਜ਼ਾਰ ਪਾਉਂਡ ਚ ਜਾਂ 13-14 ਹਜ਼ਾਰ ਪਾਉਂਡ ਚ ਜਦ ਕਿ ਉਹੀ ਸਪੈਸ਼ਲਾਈਜ਼ਡ ਪ੍ਰੋਗਰਾਮ ਤੁਸੀਂ ਦੂਸਰੀ ਕੰਟਰੀ ਜਾ ਕੇ ਜਿਹੜਾ ਕਿ ਘੱਟ ਤੋਂ ਘੱਟ ਵੀ 40 ਲੱਖ ਰੁਪਇਆ ਖਰਚ ਕਰ ਰਹੇ ਇੱਥੇ 15-16 ਲੱਖ ਚ ਮਿਲ ਰਿਹਾ ਹੈ ਵਨ ਈਅਰ ਦਾ ਤਾਂ ਬੱਚਾ ਉਹਨੂੰ ਪ੍ਰੇਫਰ ਕਰੇਗਾ ਇਹ ਪ੍ਰੋਗਰਾਮ ਬਹੁਤ ਅੱਛੇ ਆ ਨਰਸਿੰਗ ਵਾਸਤੇ ਨੋ ਡਾਊਟ ਉਹਨਾਂ ਨੂੰ 7 ਬੈਂਡ ਚਾਹੀਦੀ ਚਾਹੀਦੇ ਆ ਨਰਸਿੰਗ ਦੇ ਹਰ ਜਗ੍ਹਾ ਇੱਕ ਕੰਪੀਟੀਟਿਵ ਪ੍ਰੋਗਰਾਮ ਹੁੰਦਾ ਹੈ ਤੇ ਬਾਕੀ ਪ੍ਰੋਗਰਾਮਸ ਦੇ ਵਿੱਚ ਕੋਈ ਆਇਲਸ ਦਾ ਇੰਨਾ ਜ਼ਿਆਦਾ ਆਬਸਟੈਕਲ ਨਹੀਂ ਹੈ ਯੂਨੀਵਰਸਿਟੀ ਵਾਈਜ਼ ਹੋ ਸਕਦਾ ਕੋਈ ਯੂਨੀਵਰਸਿਟੀ 6.5 ਮੰਗਦੀ ਹੈ ਲੇਕਿਨ ਉਹੀ ਯੂਨੀਵਰਸਿਟੀ ਜੇ ਤੁਸੀਂ CBSE ਤੋਂ ਇੰਗਲਿਸ਼ ਦੇ ਵਿੱਚ 70% ਲੈ ਕੇ ਆਏ ਤਾਂ ਤੁਹਾਨੂੰ ਜਿਹੜੀ ਹੈ ਆਇਲਸ ਦੀ ਵੇਵਰ ਵੀ ਦਿੰਦੇ ਆ ਮਤਲਬ ਤੁਹਾਨੂੰ ਫਿਰ ਆਇਲਸ ਦੀ ਲੋੜ ਵੀ ਨਹੀਂ ਹੈ ਇੰਨਾ ਕੁ ਮਤਲਬ ਸੌਖਾ ਹੈ ਯੂਕੇ ਜਾਣਾ ਤੇ ਤਾਂ ਹੀ ਸਟੂਡੈਂਟ ਨੂੰ ਜਿਹੜਾ ਹੈ ਪਸੰਦ ਆਂਦਾ ਹੈ ਕਿ ਜੇ ਮੇਰਾ ਉਧਰ ਨਹੀਂ ਹੋ ਰਿਹਾ ਐਟ ਲੀਸਟ ਮੇਰੀ ਫੋਰਨ এডੂਕੇਸ਼ਨ ਹੋ ਜਾਏਗੀ ਬਾਕੀ ਯੂਕੇ ਇੰਡੀਆ ਤੋਂ ਨੇੜੇ ਵੀ ਹੈ ਜੇ ਆਪਾਂ ਦੇਖੀਏ ਇਹ 8 ਘੰਟੇ ਦਾ ਹੋਏਗਾ ਤੇ ਬਾਕੀ ਜਗਾ 14-15 ਘੰਟੇ ਦਾ ਹੈ ਰਸਤਾ ਹੈ ਤੇ ਇਹ ਬਿਲਕੁਲ ਹਾਫ ਰਸਤਾ ਹੋ ਜਾਂਦਾ ਹੈ ਥੋੜਾ ਨੇੜੇ ਵੀ ਹੈ ਜਦ ਮਰਜੀ ਆ ਸਕਦੇ ਪੇਰੈਂਟਸ ਕੋਲ ਵੀ ਔਰ ਪੇਰੈਂਟਸ ਨੂੰ ਵੀਜ਼ਾ ਲੱਗਣਾ ਵੀ ਸੌਖਾ ਹੁੰਦਾ ਹੂੰ ਬਿਲਕੁਲ ਬਿਲਕੁਲ ਸਹੀ ਗੱਲ ਹੈ ਸੋ ਮੈਮ ਇਨਟੇਕ ਦੀ ਵੀ ਗੱਲ ਕਰ ਲੈਨੇ ਆ ਕਿਹੜੇ ਇਨਟੇਕ ਤੇ ਹੁਣ ਫੋਕਸ ਕੀਤਾ ਜਾ ਰਿਹਾ ਹੈ ਦੇਖੋ ਹੁਣ ਤੇ ਹਰ ਜਗ ਹਰ ਜਗ ਜਿਹੜਾ ਹੈ ਜੈਨ ਫੈਬ ਦਾ ਇਹ ਇਨਟੇਕ ਹੈ ਜਿਹਦੇ ਵਿੱਚ ਅਸੀਂ ਚੱਲ ਰਹੇ ਹਾਂ ਜੈਨ ਕੋਈ ਯੂਨੀਵਰਸਿਟੀ ਦਾ ਜੈਨ ਲਾਸਟ ਹੈ ਕਿਸੇ ਦਾ ਫੈਬ ਸਟਾਰਟਿੰਗ ਚ ਬਸ ਇੰਨਾ ਕੀ ਹੁੰਦਾ ਆ ਕਿਉਂਕਿ ਯੂਕੇ ਦਾ ਜਿਹੜਾ ਅਕਤੂਬਰ ਇਨਟੇਕ ਜਿਹੜਾ ਆਲਮੋਸਟ ক্লোਜ਼ ਹੀ ਆ ਹੁਣ ਉਹਦੇ ਵਿੱਚ ਤਾਂ ਨਵੀਂ ਐਪਲੀਕੇਸ਼ਨ ਜਾ ਨਹੀਂ ਰਹੀ ਆ ਤੇ ਜੈਨ ਫੈਬ ਦੇ ਵਿੱਚ ਹੁਣ ਸਟੂਡੈਂਟਸ ਜਾ ਸਕਦੇ ਆ ਲੇਕਿਨ ਜਿਹੜੇ ਸਟੂਡੈਂਟਸ ਕੰਮ ਕਰਨ ਜਾਣਾ ਚਾਹੁੰਦੇ ਜਿੱਦਾਂ ਸਪਾਊਸ ਵੀਜ਼ਾ ਬੰਦ ਹੋ ਗਿਆ ਹੈ ਉਹਦੇ ਵਿੱਚ ਉਹ ਹਜੇ ਵੀ ਜਿਹੜਾ ਆ ਕੰਮ ਦੇ ਵਾਸਤੇ ਆਈਟੀ ਦੇ ਵਿੱਚ ਬੁਲਾ ਰਿਹਾ ਹੈ ਹੈਲਥ케ਅਰ ਵਾਸਤੇ ਬੁਲਾ ਰਿਹਾ ਹੈ ਉਹ ਹਜੇ ਪ੍ਰੋਗਰਾਮ ਉਹਨਾਂ ਦੇ ਵਾਸਤੇ ਅਵੇਲੇਬਲ ਹੈ ਜੀ ਬਿਲਕੁਲ ਸੋ ਟਾਈਮਲੀ ਸਹੀ ਕੋਰਸੇਸ ਵਿੱਚ ਸਹੀ ਪ੍ਰੋਗਰਾਮਸ ਵਿੱਚ ਜਾਣਾ ਚਾਹੁੰਦੇ ਹੋ ਤਾਂ ਸਹੀ ਸਮੇਂ ਤੇ ਸਹੀ ਡਿਸੀਜਨ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਜਿਹੜਾ ਨੰਬਰ ਡਿਸਪਲੇ ਹੈ ਇਸ ਪਰ ਵੀ ਤੁਸੀਂ ਕਾਲ ਕਰ ਸਕਦੇ ਹੋ ਨੈਵੀਗੇਟਰਸ ਓਵਰ ਸੀਜ਼ ਦੀ ਟੀਮ ਦੇ ਨਾਲ ਜੁੜ ਸਕਦੇ ਹੋ ਤਾਂ ਕਿ ਟਾਈਮਲੀ ਤੁਹਾਨੂੰ ਸਹੀ ਆਪਸ਼ਨਸ ਆ ਪਤਾ ਚੱਲ ਸਕੇ ਸਹੀ ਪ੍ਰੋਸੈਸ ਦੇ ਨਾਲ ਤੁਸੀਂ ਅੱਗੇ ਵਧਦੇ ਹੋਏ ਆਪਣਾ ਵੀਜ਼ਾ ਹਾਸਲ ਕਰ ਸਕੋ ਬਹੁਤ ਬਹੁਤ ਥੈਂਕਸ ਮੈਮ ਕਿ ਤੁਸੀਂ ਯੂਕੇ ਨੂੰ ਲੈ ਕੇ ਕੋਰਸੇਸ ਨੂੰ ਲੈ ਕੇ ਵੀ ਸਟੂਡੈਂਟਸ ਨੂੰ ਗਾਈਡ ਕੀਤਾ ਹੈ ਔਰ ਕਿਸ ਢੰਗ ਨਾਲ ਸਟੂਡੈਂਟਸ ਨੂੰ ਅੱਗੇ ਵਧਣਾ ਚਾਹੀਦਾ ਹੈ ਇਹ ਰਸਤਾ ਤਾਂ ਤੁਸੀਂ ਹਰ ਵਾਰੀ ਸਟੂਡੈਂਟਸ ਨੂੰ ਸਮ ਸਵਾਲਾਂ ਤੋਂ ਇਲਾਵਾ ਇਹਨਾਂ ਗੱਲਾਂ ਤੋਂ ਇਲਾਵਾ ਸਟੂਡੈਂਟਸ ਦੇ ਹੋਰ ਸਵਾਲ ਹੋਣ ਤਾਂ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਵਿੱਚ ਵੀ ਸਾਡੇ ਨਾਲ ਸਾਂਝੇ ਜ਼ਰੂਰ ਕਰ ਸਕਦੇ ਹੋ ਅੱਗੋਂ ਵੀ ਅਸੀਂ ਤੁਹਾਡੇ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ ਅੱਜ ਲਈ ਦੋਜੀ ਇਜਾਜ਼ਤ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ